ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਜੀ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਵੇਗਾ ਜੀ ਤੇ ਤੁਸੀਂ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਤੇ ਪੰਜਾਬੀ ਤੇ ਅੱਜ ਸਭ ਤੋਂ ਪਹਿਲਾਂ ਆਪਣਾ ਜਿਹੜਾ ਫਾਗੋ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਵੀ ਜਿਹੜੇ ਜਿਹੜੇ ਬੰਦੇ ਲਾਈਸੈਂਸ ਕਰਨ ਚਾਹੁੰਦੇ ਫਰੀ ਦੇ ਵਿੱਚ ਉਹਨਾਂ ਨੂੰ ਹੈਲਪ ਕਿਸ ਹਿਸਾਬ ਨਾਲ ਮਿਲ ਸਕਦੀ ਆ YouTube ਉੱਤੇ ਜਾ ਕੇ ਇਤਾ ਪੰਜਾਬੀ ITAPUNJI JHV ਇਤਾ ਪੰਜਾਬੀ ਲਿਖ ਕੇ ਟਾਈਪ ਕਰੋ ਜੀ ਸਭ ਤੋਂ ਪਹਿਲਾਂ ਗੋਲਾਕਾਰ ਵਿੱਚ ਇਦਾ ਪੰਜਾਬੀ ਲਿਖਿਆ ਜੇ ਤਕਰੀਬਨ 17906 ਜਿੰਨੇ ਵੀ ਇੱਥੇ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਆਪਣਾ ਇਹਦੀ ਪਲੇਲਿਸਟ ਵਿੱਚ ਜਾਓ ਜੀ ਪਲੇਲਿਸਟ ਦੇ ਵਿੱਚ ਆ ਤੁਸੀਂ ਦੇਖਣਾ ਪਤੰਤੇ ਵੀ ਇਨ ਪੰਜਾਬੀ ਇਹ ਸਾਰੀ ਦੀ ਸਾਰੀ ਜਿਹੜੀ ਆ ਪਲੇਲਿਸਟ ਆਪਣੀ ਪਤੰਤੇ ਵੀ ਦੀ ਹੈ ਜਿਹੜੇ ਜਿਹੜੇ ਪਤੰਤੇ ਵੀ ਵਾਹ ਗਰੁੱਪ ਕਰਨਾ ਚਾਹੁੰਦੇ ਉਹਨਾਂ ਨੂੰ ਬਹੁਤ ਹੈਲਪ ਮਿਲਣੀ ਆ ਉਹ ਇਦਾਂ ਇਹਨੂੰ ਤੁਸੀਂ ਥੱਲੇ ਜਾ ਕੇ ਦੇਖੋਗੇ ਤਾਂ ਇਹ ਸਿਰਫ ਇੱਕ ਵੀਡੀਓ ਨਹੀਂ ਹੈਗੀ ਇਹਦੇ ਵਿੱਚ ਤਕਰੀਬਨ ਜਿੰਨੀਆਂ ਵੀ ਤੁਸੀਂ ਦੇਖ ਸਕਦੇ ਆ ਸਾਰੀਆਂ ਦੀਆਂ ਸਾਰੀਆਂ ਵੀਡੀਓ ਆਪਣੇ ਜਿਹੜੇ 25 ਚੈਪਟਰ ਆ 25 ਦੀਆਂ 25 ਚੈਪਟਰਾਂ ਦੀ ਇਹਦੇ ਵਿੱਚ ਠੀਕ ਹੈ ਜੀ ਇਹ ਸੀ ਅੱਜ ਤੁਹਾਨੂੰ ਥੋੜਾ ਜਿਹਾ ਦੱਸਣ ਦੇ ਲਈ ਕਿ ਤੁਸੀਂ ਅਗਰ ਲਾਇਸੈਂਸ ਪੰਜਾਬੀ ਚ ਕਰਨਾ ਚਾਹੁੰਦੇ ਹੋ ਤੁਸੀਂ ਕਿੱਦਾਂ ਕਰ ਸਕਦੇ ਹੋ ਹਾਜੀ ਵੀ ਮੈਨੂੰ ਬਹੁਤ ਸਾਰੇ ਬੰਦੇ ਦੇ ਮੈਸੇਜ ਆਉਂਦੇ ਉਹਨਾਂ ਨੂੰ ਮੈਂ ਦੁਬਾਰਾ ਦੁਬਾਰਾ ਲਿੰਕ ਭੇਜਦਾ ਪਰ ਮੈਂ ਕਿਹਾ ਇੱਕ ਵਾਰ ਦੁਬਾਰਾ ਦੱਸ ਵੀ ਦਿੰਦੇ ਆ ਆਪਣਾ ਮੇਨ ਗੱਲ ਜਿਹੜੀ ਹੈਗੀ ਸੀ ਉਹ ਹੈਗੀ ਆਹ ਵਾਲੀ ਜੀ itapunjabi.com ਤੁਸੀਂ ਲਿਖੋ ਆਪਣੇ ਆਪਣੇ ਫੋਨ ਤੇ ਕੰਪਿਊਟਰ ਤੇ ਤੁਸੀਂ ਜਿੱਥੇ ਵੀ ਲਿਖਣਾ ਸਲੈਸ਼ ਪਾ ਕੇ ਕਾਰਾ ਇਟਾਲੀਆ ਠੀਕ ਹੈ ਜੀ itapunjabi cara italia ਲਿਖ ਕੇ ਉੱਕੇ ਕਰੋ ਤੇ ਆਹ ਵਾਲੀ ਐਪਲੀਕੇਸ਼ਨ ਖੁੱਲ ਜਾਨੀਆ ਵੈਲਕਮ ਜੀ ਵੈਲਕਮ ਵਗੈਰਾ ਲਿਖਿਆ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਕੀ ਕਰਨਾ ਆਪਣਾ ਚੈੱਕ ਕਰ ਸਕਦੇ ਹੋ ਤੁਹਾਡਾ ਨਾਮ ਹੈਗਾ ਜਦਾ ਸਿੰਘ ਜਤਿੰਦਰ 1817 ਜਾਂ ਫਿਰ ਕੌਰ ਸਰਨਜੀਤ 2216 ਇਦਾਂ ਵਗੈਰਾ ਅਗਰ ਤੁਹਾਡਾ ਨਾਮ ਨਹੀਂ ਹੈਗਾ ਪਰ ਫਿਰ ਵੀ ਅਗਰ ਤੁਹਾਨੂੰ ਇਸ਼ਕਾ ਤੁਸੀਂ ਚੈੱਕ ਨਹੀਂ ਕਰਨਾ ਚਾਹੁੰਦੇ ਇੱਥੇ ਸਾਰੇ ਦਾ ਸਾਰਾ ਡਾਟਾਬੇਸ ਤੁਸੀਂ ਇਦਾਂ ਕਰੋ ਇੱਥੇ ਕਲਿੱਕ ਕਰੋ ਐਡ ਯੂਰ ਡਿਟੇਲਸ ਇੱਥੇ ਕਲਿੱਕ ਕਰਨਾ ਉੱਤੇ ਆਪਣਾ ਨਾਮ ਲਿਖ ਦਿਓ ਮੰਨ ਲਓ ਮੇ ਕੋਈ ਵੀ ਤੁਸੀਂ ਨਾਮ ਲਿਖਣਾ ਜਿੱਦਾਂ ਸਿੰਘ ਕੁਲਵੀਰ ਹੋ ਗਿਆ ਜਾਂ ਕੋਈ ਵੀ ਜਿਹੜਾ ਵੀ ਤੁਹਾਡਾ ਮਾਨ ਕਰਦਾ ਮੈਂ ਚੈੱਕ ਕਰਨੀ ਮੈਂ ਇੱਕ ਚੀਜ਼ ਐ ਇੱਥੋਂ ਕਿ ਨਾਮ ਸਾਰੇ ਸ਼ੋ ਹੁੰਦੇ ਓਕੇ ਕੁਛ ਨਹੀਂ ਹੁੰਦਾ ਮੰਨ ਲਓ ਇੱਥੇ ਲਿਖਣਾ ਤੁਸੀਂ ਸਿੰਘ ਕੁਲਵੀਰ ਕੋញੋਂ ਮੈਂ ਸਿੰਘ ਨੋਂ ਮੈਂ ਕੁਲਵੀਰ ਤੁਸੀਂ ਅਪਲਾਈ ਕਰੋ ਕੀਤੀ ਐ ਅਪਲਾਈ ਕੀਤੀ ਮੰਨ ਲਓ 1 1 2000 13 15 14 16 18 ਜਿੰਨਾਂ ਤੁਸੀਂ ਕੀਤੀ ਹੈ ਪ੍ਰਵੀਨਚਾ ਕਰਮੋਨਾ CR ਲਿਖ ਦੋ ਇੱਥੇ ਜੇ ਤੁਹਾਡਾ ਬੈਰਗਮਾ ਤਾਂ BG ਲਿਖ ਦੋ ਵੈਰੋਨਾ ਆ ਤਾਂ VR ਤੇ ਜਿੱਦਾਂ ਵੀ ਜਿਹੜਾ ਵੀ ਤੁਹਾਡਾ ਏਰੀਆ ਹੈਗਾ ਤੁਸੀਂ ਉਸ ਏਰੀਆ ਦਾ ਨਾਮ ਲਿਖ ਦੋ ਵਿਚੈਂਸਾ ਆ ਤਾਂ VI ਲਿਖ ਦਿਓ ਨਾਪੋਲੀਆ ਤਾਂ NA ਰੋਮਾ ਤਾਂ RM ਉਹ ਸਾਧਨਾ ਟੈਲੀਫੋਨ ਨੰਬਰ ਜਿਹੜਾ ਤੁਹਾਡਾ ਹੈਗਾ ਜੀ 1 2 3 4 5 6 7 ਤੁਹਾਡਾ ਜਿਹੜਾ ਨੰਬਰ ਹੈਗਾ 3281 ਦਾ ਫਿਰ ਜਿੱਦਾਂ ਮੇਰਾ 338 ਇਸ ਸਾਹ ਦੇ ਨਾਲ ਸ਼ੁਰੂ ਹੁੰਦਾ ਉਤਤਵਾ ਤੁਸੀਂ ਇੱਥੇ ਕਲਿੱਕ ਕਰ ਦੇਣ ਸੈਂਡ ਵਾਸਤੇ ਇਹ ਜੋ ਤੁਸੀਂ ਡਾਟਾ ਸਾਨੂੰ ਭੇਜ ਤਾ ਸਭ ਤੋਂ ਥੱਲੇ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਹੋਣਾ ਸਿੰਘ ਕੁਲਵੀਰ 11 2013 ਨੂੰ ਇਸ ਜਿਹੜੀ ਮੈਂ ਇੱਕ 11 2013 ਨੂੰ ਅਪਲਾਈ ਕੀਤਾ ਇਸ ਜਿਹੜਾ ਸਾਰਾ ਡਾਟਾ ਬੀਜ ਹੈ ਜਿੱਦਾਂ ਕ ਤੁਹਾਨੂੰ ਦੱਸਿਆ ਸੀਗਾ ਕਾਰ ਆਇਤਾਲੀ ਵਾਲੇ ਉਹਨਾਂ ਦੇ ਉਹਨਾਂ ਨੂੰ ਸਾਰਾ ਅਸੀਂ ਭੇਜਦੇ ਆ ਕਿ ਹੁਣ ਪਹਿਲਾਂ ਸਾਰੇ ਬੰਦਿਆਂ ਨੂੰ ਮੈਂ ਕਹਿੰਦਾ ਹਾਂ ਤੁਸੀਂ ਮੈਨੂੰ ਮੈਸੇਜ ਕਰੋ ਜੀ ਮੈਂ ਇਨਸਰਟ ਕਰਨਾ ਤੇ ਹੁਣ ਕਈ ਬੰਦਿਆਂ ਨੇ ਮੇਰੇ ਕੋਲ ਨਹੀਂ ਵਿੱਚ ਸਾਰਿਆਂ ਨੇ ਲਿਖੋ ਇਸ ਕਰਕੇ ਜੀ ਇਹ ਕੰਮ ਕੀਤਾ ਕਿ ਤੁਸੀਂ ਇਥਾ ਪੰਜਾਬੀ.com/ਕਾਰਾਇਤਾਲੇ ਲਿਖੋ ਤੇ ਇਹਦੇ ਵਿੱਚ ਤੁਹਾਡਾ ਆਪਣਾ ਡਾਟਾ ਤੁਸੀਂ ਆ ਫਿਲ ਕਰ ਸਕਦੇ ਆ ਡਾਟਾ ਬੀਸ ਦੇ ਵਿੱਚ ਜਿਹੜਾ ਨੂੰ ਪਛਾਣ ਦਾ ਬੰਦਾ ਹੋਵੇ ਉਹਦਾ ਵੀ ਤੁਸੀਂ ਕਰ ਸਕਦੇ ਆ ਇੱਕ ਹੋਰ ਗੱਲ ਪਾਸਪੋਰਟ ਡਿਟੇਲ ਇਹਦੇ ਵਿੱਚ ਤੁਸੀਂ ਇਹ ਆ ਹੈਗੀ ਆ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੂੰ ਇਟਾਲੀਅਨ ਪਾਸਪੋਰਟ ਮਿਲ ਗਿਆ ਇਹ ਹੈਗੀ ਬੰਦੇ ਅਗਰ ਕੋਈ ਹੈਲਪ ਕਰਨਾ ਚਾਹੁੰਦਾ ਹੋਵੇ ਉਹਨਾਂ ਦੇ ਉਹਨਾਂ ਦੇ ਪ੍ਰੋਵਿੰਸ ਦੇ ਹਿਸਾਬ ਨਾਲ ਉਹਨਾਂ ਨੂੰ ਕਿੰਨਾ ਟਾਈਮ ਲੱਗਾ ਠੀਕ ਹੈ ਜੀ ਅੱਜੇ ਮੈਨੂੰ ਇੱਕ ਬਾਈ ਜੀ ਦਾ ਫੋਨ ਆਇਆ ਸੀ ਤੇ ਸੁਰਜੀਤ ਬਾਈ ਜੀ ਆ ਤੇ ਉਹਨਾਂ ਨੇ ਦੱਸਿਆ ਕਿ 7 10 16 ਨੂੰ ਨਹੀਂ ਅਪਲਾਈ ਕੀਤੀ ਸੀ ਤੇ 19 ਤੇ 19 ਨੂੰ ਉਹਨਾਂ ਨੂੰ ਮਿਲ ਜਾਣੀ ਆ ਬਾਅਦ ਸੁਣ ਜਾਓਗੇ ਬਰਗਮੂ ਇਸੇ ਹਿਸਾਬ ਦੇ ਨਾਲ ਅਗਰ ਤੁਸੀਂ ਆਪਣਾ ਸਾਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਨਾਮ ਸੀ ਸਿੰਘ ਕੁਲਵੀਰ ਮੰਨ ਲਓ ਸਿੰਘ ਕੁਲਵੀਰ ਰਣਾ ਜੀ ਸਿੰਘ ਕੁਲਵੀਰ ਤੇ ਤੁਸੀਂ ਅਪਲਾਈ ਕਰੋ ਕੀਤੀ ਸੀ ਅਪਲਾਈ ਕੀਤੀ ਸੀ ਇੱਕ ਇੱਕ 2015 ਨੂੰ ਤੇ ਮੈਨੂੰ ਪਾਸਵਰਡ ਮਿਲਿਆ ਕਦੋਂ ਜਾਨਕੀ ਮੈਨੂੰ ਢਾਲਿੰਦਾ ਪਾਸ ਕਦੋਂ ਹੋ ਗਿਆ ਅੱਜ 17 3 19 17 3 19 ਹੋਏ ਪ੍ਰੋਵਿੰਸ ਚ ਹੈਗਾ ਮੇਰਾ ਕਰਮੂਨੇ ਦਾ ਵਾਹਿਗੁਰੂ ਤੇ ਟੈਲੀਫੋਨ ਨੰਬਰ ਹੈਗਾ 928081452 ਹੀ ਰੱਖ ਦਿੰਨੇ ਤੇ ਸੈਂਡਸ ਤੇ ਇਹਦੇ ਨਾਲ ਕੀ ਹੋ ਜਣਾ ਦੇਖੋ ਇਹਦੇ ਵਿੱਚ ਜਿਹੜਾ ਮੇਨ ਪੇਜ ਆ ਹੋਮ ਪੇਜ ਪਾਸਪੋਰਟ ਡਿਟੇਲ ਇਹਦੇ ਵਿੱਚ ਅਗਰ ਤੁਸੀਂ ਦੇਖੋ ਕੁਲਵੀਰ ਸਿੰਘ ਨੇ ਅਪਲਾਈ ਕੀਤਾ ਸੀ 11 15 ਨੂੰ 17 3 19 ਨੂੰ ਯਾਨੀ ਤਕਰੀਬਨ 4 ਸਾਲ ਲੱਗੇ ਪਾਸਪੋਰਟ ਮਿਲਣ ਨੂੰ ਉਹ ਇਹਦੇ ਨਾਲ ਕੀ ਹੋ ਜਾਂਦਾ ਇਹ ਨਾਲ ਇਹ ਹੁਣ ਨਾ ਕੋਈ ਵੀ ਬੰਦਾ ਜਿਹੜੇ ਜਿਹਨੇ ਵੀ ਬੰਦੇ ਆਹ ਵਾਲੇ ਜਿਹੜੇ ਇੱਥੇ ਇਹਦੇ ਵਿੱਚ ਆ ਸਾਰੇ ਅਗਰ ਇਹ ਦੇਖਣਾ ਚਾਹਣ ਫਿਰ ਉਹਨਾਂ ਦਾ ਪ੍ਰਵਿੰਸਾ ਕਿਹੜਾ ਆ ਨਾ ਤੇ ਉਹ ਦੇਖ ਸਕਦੇ ਹੋ ਹਰਮੋਨ ਦੇ ਵਿੱਚ ਤਕਰੀਬਨ ਤਕਰੀਬਨ ਇੰਨਾ ਟਾਈਮ ਲਾਦਾ ਇਹ ਉਹਨਾਂ ਨੂੰ ਹੈਲਪ ਮਿਲਦੀ ਆ ਤੇ ਬਸ ਆਹੀ ਐਨਐਕਸੀ ਤੇ ਆ ਸਾਡਾ ਡਾਟਾਬੇਸ ਹੈ ਫਿਲਹਾਲ ਇਹਦੀ ਮੈਂ ਤੁਹਾਨੂੰ ਫੋਟੋ ਦਿਖਾਣੀ ਕਿਉਂਕਿ ਡਾਟਾਬੇਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਤੁਹਾਡਾ ਟੈਲੀਫੋਨ ਨੰਬਰ ਹੋ ਗਿਆ ਵਗੈਰਾ ਉਹ ਕਿਸੇ ਦਾ ਵੀ ਟੈਲੀਫੋਨ ਨੰਬਰ ਇੱਥੇ ਸ਼ੋ ਨਹੀਂ ਹੋਣਾ ਸਿਰਫ ਨਾਮ ਸ਼ੋ ਹੋਣਾ ਨੋਮੇ ਕੋਈ ਹੋਵੇ ਤੇ ਜਿਸ ਦਿਨ ਤੁਸੀਂ ਅਪਲਾਈ ਕੀਤੀ ਸੀ ਤੇ ਆ ਸਾਈਡ ਤੇ ਹੈਗਾ ਪ੍ਰੋਵਿੰਸਾ ਜਿਸ ਤੁਸੀਂ ਪ੍ਰੋਵਿੰਸੇ ਦੇ ਆ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਹੀ ਤਾਂ ਪੰਜਾਬੀ ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵਧੀਆ-ਵਧੀਆ ਇਹ ਆਪਣੀਆਂ ਇਟਾਲੀਅਨ ਸਿੱਖਣ ਵਾਲੀਆਂ ਭਾਸ਼ਾ ਜਾਂ ਫਿਰ ਹੋਰ ਵਧੀਆ-ਵਧੀਆ ਟੌਪਿਕਾਂ ਦੇ ਤੁਹਾਨੂੰ ਵੀਡੀਓ ਬਣਾ ਕੇ ਦਈਏ ਜਿਨ੍ਹਾਂ ਨਾਲ ਤੁਹਾਡੀ ਇਟਾਲੀਅਨ ਵੀ ਅਪਰੂਵ ਹੋ ਜਾਵੇ ਤੇ ਬਾਕੀ ਕਮੈਂਟਾਂ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਜੀ ਜੰអេ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜਿੰਨੇ ਮੈਂ ਹੁਣ ਪਹਿਲਾਂ ਮੈਂ ਕਹਿੰਦਾ ਨਹੀਂ ਸੀ ਹੰਦਾ ਪਰ ਮੈਨੂੰ ਹੁਣ ਪਤਾ ਲੱਗਾ ਕਹਿੰਦੀ ਜੀ ਅਗਰ ਜਿੰਨੇ ਜ਼ਿਆਦਾ ਲਾਈਕ ਸ਼ੇਅਰ ਹੋਣ ਤੇ ਉਹਦੇ ਹਿਸਾਬ ਨਾਲ YouTube ਦੇ ਵਿੱਚ ਵੀਡੀਓ ਦੇ ਵਿੱਚ ਸ਼ੋ ਹੋ ਜਾਂਦੇ ਆ ਤੇ ਬਸ ਇੰਨੀ ਕੀ ਗੱਲ ਆ ਜੀ ਤੁਸੀਂ ਸੁਣਿਆ ਸੀ ਕੁਲਵੀਰ ਸਿੰਘ ਦੇ ਨਾਲੇ ਤਾਂ ਪੰਜਾਬੀ ਵਾਹਿਗੁਰੂ